ਅਸਲਾਮ ਅਲੈਕਮ ਜੀ, ਮੈਂ ਮੁਹੰਮਦ ਅਨਵਰ ਜੋਈਆ, ਤੁਸੀਂ ਦੇਖ ਰਹੇ ਹੋ ਪੰਜਾਬੀ ਵਿਸਾਖ। ਅਸੀਂ ਜਨਾਬ ਖੜ੍ਹੇ ਹਾਂ ਮਖਦੂਮਪੁਰ ਪਹੋੜਾਂ, ਇਹ ਜਨਾਬ ਕਬੀਰ ਵਾਲੇ ਦਾ ਇਲਾਕਾ, ਅਤੇ ਪਿੱਛੇ ਤੁਸੀਂ ਦੇਖ ਰਹੇ ਹੋ ਬਲੈਕ ਓਲਡ ਇੰਜਨ 22 ਹਾਸ ਪਾਵਰ ਦਾ। ਜਨਾਬ ਅਗਰ ਕੋਈ ਮੇਰਾ ਵੀਰ ਇਹ ਵੀਡੀਓ ਬਣਾਉਣਾ ਚਾਹੁੰਦਾ ਹੈ ਤਾਂ ਜਨਾਬ ਮਖਦੂਮਪੁਰ ਤੋਂ 7 ਕਿਲੋਮੀਟਰ 'ਤੇ ਜਨਾਬ ਇਹ ਹੈ ਮੋਟਰਵੇ ਪੁਲ, ਉਸ ਦੇ ਨਾਲ ਹੀ ਇਹ ਜਗ੍ਹਾ ਹੈ ਜਨਾਬ, ਅਤੇ ਜਿਹੜੀ ਜਗ੍ਹਾ ਦਾ ਨਾਂ ਜਿਹੜੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੇਵਾਂਗੇ। ਜਨਾਬ ਅੱਜ ਦੀ ਵੀਡੀਓ ਜਨਾਬ ਬਹੁਤ ਹੀ ਸ਼ਾਨਦਾਰ, ਇਸ ਇੰਜਨ ਨੂੰ ਸਟਾਰਟ ਕਰਦੇ ਹਾਂ, ਧੁੰਨ ਦਿਖਾਉਂਦੇ ਹਾਂ ਜਨਾਬ ਪੰਜਾਬ ਦਾ ਕਲਚਰ। ਅੱਜ ਦੀ ਵੀਡੀਓ ਬਹੁਤ ਸ਼ਾਨਦਾਰ, ਅਤੇ ਤਮਾਮ ਵੀਰਾਂ ਨੂੰ ਰਿਕੁਐਸਟ ਕਰਾਂਗੇ ਅਸੀਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ। ਹੁਣ ਕਰਦੇ ਹਾਂ ਜਨਾਬ ਇੰਜਨ ਨੂੰ ਸਟਾਰਟ। ਯਾਰ ਪਤੀਜ ਦੇਖੀ ਸਟਾਰਟਿੰਗ ਹੋ ਰਹੀ ਨਾ? ਹਾਂ ਚੱਲ ਰਹੀ। ਬਸ ਜੀ ਇਹ ਤਾਂ ਆਪਣੇ ਚੈਨਲ ਦਾ ਹੋ ਗਿਆ ਨਾ ਥੰਬਨੇਲ ਚਾਚੂ ਜੀ, ਜਿਹੜਾ ਤਸਵੀਰ ਖਿੱਚਣਾ। ਪਹਿਲੀ ਵੀਡੀ ਕਿਹੜਾ ਪਾ ਰਿਹਾ ਤੂੰ? ਨਹੀਂ ਪਾ ਰਿਹਾ ਚਾਚੂ, ਪਾਵੇਗਾ ਤੂੰ, ਬਣਾ ਉਹਨੂੰ ਤੂੰ ਪਾਵੇਂਗਾ। ਯਾਰ ਫਿਰ ਬੋਲੀ ਜਾ ਰਹੇ ਜੀ ਤੁਸੀਂ? ਮੈਂ ਨਹੀਂ ਬਣਾ ਚਾਚੂ, ਬਣਾ ਆਪ ਠੀਕ ਹੋ ਮੋਬਾਈਲ ਆ ਜਾ ਯਾਰ। ਚਾਚੂ ਮੇਰੇ ਹੱਥ ਚ ਦਰਦ ਹੋ ਰਿਹਾ ਯਾਰ, ਉਹਨੂੰ ਲਾ ਲੈ ਆ ਫਿਰ ਤੂੰ ਆ ਜਦੋਂ ਲਗਾ ਲੈਣਾ ਜਿਹੜਾ ਅਰਥਲਾਨ ਹੋ ਜਾ ਅੱਗੇ ਯਾਰ। ਚੱਲ ਯਾਰ ਆਫਜ ਆਫਜ ਜਾਏਗਾ ਯਾਰ ਮੇਰੇ ਆ ਮੇਰੇ ਕੋਲ ਨਹੀਂ ਲੱਗਦਾ ਯਾਰ। ਜਾ ਯਾਰ ਇੰਨਾ ਚਾਰ ਬੱਚੇ ਰਹਿਣ ਦੇ ਯਾਰ, ਬਸ ਥੋੜੇ ਇੱਕ ਮਿੰਟ ਛੱਡ ਤੇ ਆ ਜੀ। ਨਹੀਂ ਨਹੀਂ ਇੱਧਰ ਇੱਧਰ ਆਪਣਾ ਕਰ ਰਿਹਾ ਯਾਰ, ਇਹ ਆਫੇ ਨੂੰ ਫੜਾ ਮੈਲ ਅਰਥਲਾਨ ਆਫੇ ਨੂੰ ਫੜਾ ਯਾਰ, ਬਣਾ ਰਿਹਾ ਗਰਮੀ ਬਹੁਤ ਹੈ ਯਾਰ, ਧੁੱਪ ਬੜੀ। ਚਲੋ ਜੀ ਚਲੋ ਜਲਦੀ ਜਲਦੀ ਬਿਸਮਿਲਲਾ ਪੜੋ। ਓਏ ਪਿਛਾ ਮੰਗੋਲ, ਓਏ ਚਾਰਾਂ ਚਾਚੂ ਦੇਖ ਲੈ ਓਏ ਵਿੱਚ ਹੋ ਜਾ। ਪਾਣੀ ਕਿਹੜਾ ਆਉਣਾ ਤੇ ਐਵੇਂ ਚੱਲਦਾ।